ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਆਪਾਂ ਪੰਜਵਾਂ ਕੁਐਸਚਨ ਕਰਨਾ, 10th ਕਲਾਸ ਦਾ 15ਵਾਂ ਚੈਪਟਰ ਕਰਦੇ ਪਏ। ਪ੍ਰੋਬੈਬਿਲਿਟੀ ਕਹਿੰਦਾ ਜੇਕਰ PE 0.05 ਹੈ ਤਾਂ E ਨਹੀਂ, ਮਤਲਬ PE ਬਾਰ ਦੀ ਸੰਭਾਵਨਾ ਕੀ ਹੈ। ਠੀਕ ਹੈ, ਸੌਖਾ ਜਿਹਾ ਕੁਐਸਚਨ ਹੈ। ਇਹਦੇ ਵਿੱਚ ਤਾਂ ਤੁਹਾਨੂੰ ਕੋਈ ਬੜਾ ਦਿਮਾਗ ਲਗਾਉਣ ਦੀ ਲੋੜ ਹੀ ਨਹੀਂ ਪੈਣੀ ਹੈਗੀ। ਤਾਂ ਸਾਨੂੰ ਕੀ ਦਿੱਤਾ ਗਿਆ ਹੈ, ਤਾਂ ਪਹਿਲਾਂ ਇਹ ਹੈ ਕਿ ਜਿਹੜਾ PE ਹੈ, ਠੀਕ ਹੈ, ਕੁਐਸਚਨ ਨੰਬਰ ਅਸੀਂ ਕਿੰਨਾ ਕਰਦੇ ਪਏ ਹਾਂ, ਇਹ ਪੰਜਵਾਂ ਕਰਦੇ ਪਏ ਹਾਂ। PE ਸਾਨੂੰ ਕਿੰਨਾ ਗਿਵਨ ਹੋਣਾ, 0.05 ਹੈ। ਤਾਂ ਇਸ ਸੰਭਾਵਨਾ ਕੀ ਦੱਸਣੀ ਹੈ, PE, ਠੀਕ ਹੈ, ਮਤਲਬ ਈ ਬਾਰ, ਇਹ ਕਿਹਦੇ ਇਕੁਅਲ ਹੈ, ਈ ਨਹੀਂ ਦੀ, ਇਹਦੀ ਸੰਭਾਵਨਾ ਦੱਸਣੀ ਹੈ ਕੀ ਹੈ। ਤਾਂ ਸਾਡੇ ਕੋਲ PE ਗਿਵਨ ਹੈ 0.05, ਠੀਕ ਹੈ। ਤਾਂ ਸਾਨੂੰ ਪ੍ਰੋਬੈਬਿਲਿਟੀ ਪਤਾ, PE ਪਲੱਸ PE ਨਹੀਂ ਦੀ ਪ੍ਰੋਬੈਬਿਲਿਟੀ ਕਿਹਦੇ ਬਰਾਬਰ ਹੋਣੀ ਚਾਹੀਦੀ ਹੈ, ਇੱਕ ਦੇ ਬਰਾਬਰ ਹੋਣੀ ਚਾਹੀਦੀ ਹੈ। ਜਿਹੜੇ ਸਾਰੇ ਸੰਭਾਵਿਤ ਪਰਿਣਾਮ ਹੋਣ ਅਤੇ ਨਾ ਹੋਣ, ਜਦੋਂ ਨਾਲ ਜੋੜ ਕਰੀਏ ਤਾਂ ਸਾਨੂੰ ਕੀ ਮਿਲਦਾ, ਇੱਕ ਮਿਲਦਾ। ਤਾਂ ਇਹਦੀ ਪ੍ਰੋਬੈਬਿਲਿਟੀ ਕੀ ਹੈ, 0.05, ਠੀਕ ਹੈ ਜੀ, ਪਲੱਸ PE ਬਾਰ ਇਜ਼ ਇਕੁਅਲ ਟੂ 1। ਹੁਣ ਇਹਨੂੰ ਇੱਧਰ ਰਹਿਣ ਦਿਓ, ਇਹਨੂੰ ਚੱਕ ਕੇ ਇੱਧਰਲੇ ਪਾਸੇ ਲੈ ਜਾਵਾਂਗੇ, ਇਹ ਕੀ ਬਣ ਗਿਆ, PE ਬਾਰ ਇਜ਼ ਇਕੁਅਲ ਟੂ 1 ਮਾਈਨਸ 0.05। ਓਕੇ, ਜਿਹਨਾਂ ਨੇ ਮਾਈਨਸ ਨਹੀਂ ਕਰਨਾ ਆਉਂਦਾ, ਉਹ ਮੈਂ ਤੁਹਾਨੂੰ ਡੈਸੀਮਲ ਮਾਈਨਸ ਕਰਨਾ ਸਿਖਾਉਂਦਾ। ਤਾਂ ਪਹਿਲਾਂ 1 ਨੂੰ ਇੱਥੇ ਲਿਖ ਲਓ, ਉਹ ਤੋਂ ਬਾਅਦ 1 ਤੋਂ ਬਾਅਦ ਲਗਾਓ ਡੈਸੀਮਲ 0, 0, ਠੀਕ ਹੈ। ਤਾਂ ਹੁਣ ਡੈਸੀਮਲ ਦੇ ਥੱਲੇ ਲਿਖੋ ਡੈਸੀਮਲ 0.05, ਇਹਦੇ ਥੱਲੇ ਲਿਖੋ 0, ਠੀਕ ਹੈ ਜੀ। ਇਸ ਤਰੀਕੇ ਨਾਲ ਕੀਤਾ ਹੈ। ਜੇ ਹਾਲੇ ਵੀ ਕਨਫਿਊਜ਼ਨ ਹੈ ਤਾਂ ਤੁਸੀਂ ਪਹਿਲਾਂ ਨੂੰ ਇੱਦਾਂ ਰੱਖ ਲਓ, 0.05 ਰੱਖ ਲਿਆ। ਹੁਣ 1 ਕਿੱਥੇ ਰੱਖੀਏ, ਜਿਹੜਾ ਪੂਰਨ ਸੰਖਿਆ ਹੁੰਦੀ ਹੈ ਨਾ, ਪੂਰਨ ਸੰਖਿਆ ਜਾਂ ਸੰਪੂਰਨ ਬੋਲੋ, ਜਿਹੜੀ ਮਰਜ਼ੀ ਬੋਲੋ, ਇਹਨਾਂ ਦੇ ਪਿੱਛੇ ਡੈਸੀਮਲ ਲੱਗਿਆ ਹੁੰਦਾ ਹੈ, ਪਰ ਅਸੀਂ ਨਹੀਂ ਲਗਾਉਂਦੇ, ਠੀਕ ਹੈ। ਅਸੀਂ ਉਦੋਂ ਮੰਨ ਕੇ ਚੱਲਦੇ ਹਾਂ, ਐਕਚੁਅਲੀ 1 ਅਤੇ 1.0 ਕੋਈ ਫਰਕ ਨਹੀਂ ਹੈ, ਠੀਕ ਹੈ। ਇਸ ਕਰਕੇ 1 ਇੱਥੇ ਲਗਾਓ, 0.00 ਇੱਧਰ ਲਗਾਓ, ਠੀਕ ਹੈ। ਇੱਥੇ ਤੁਸੀਂ ਕੈਰੀ ਕਰੇਂਗੇ, ਹਾਸਲ ਲਏਂਗੇ, ਇਹਦਾ ਕੀ ਬਣ ਗਿਆ 10, ਠੀਕ ਹੈ। ਇੱਥੋਂ 10 ਨੂੰ ਕੱਟ ਕੇ ਇੱਥੇ ਕੀ ਬਣਾਏਗੇ 9, ਇੱਥੇ ਕੀ ਚਲਾ ਗਿਆ 10, 10 'ਚੋਂ 5 ਜਾਣਗੇ ਤੁਹਾਡੇ, ਕਿੰਨਾ ਜਾਏਗਾ 5, ਇੱਥੋਂ ਕੀ ਗਿਆ 9, ਇਹ ਪੁਆਇੰਟ ਥੱਲੇ ਪੁਆਇੰਟ ਉਤਾਰ ਲਿਆ, ਇੱਥੇ ਕੀ ਬਚਿਆ ਸੀਗਾ, ਕੁਛ ਵੀ ਨਹੀਂ, 0, ਇਹਦੀ 0। ਤਾਂ ਇਹਦੀ ਪ੍ਰੋਬੀਬਿਲਟੀ ਕੀ ਆ ਗਈ, PE ਨੋਟ ਦੀ ਪ੍ਰੋਬੀਬਿਲਟੀ ਤੁਹਾਡੇ ਕੋਲ ਕਿੰਨੀ ਸੀਗੀ, 0.95। ਇਹ ਤੁਹਾਡੇ ਕੋਲ ਕੀ ਇਹਦਾ ਆਂਸਰ ਹੈ, ਠੀਕ ਹੈ। ਸੌਖਾ ਜਿਹਾ ਸਵਾਲ ਸੀਗਾ, ਇਹ 'ਚ ਕੁਛ ਨਹੀਂ ਸੀਗਾ, ਇਸ ਕਰਕੇ PE ਹੈ ਨਾ, ਈ ਨਹੀਂ ਕਿਹਦੇ ਕੋਲ ਹੈ, 0.95 ਦੇ, ਠੀਕ ਹੈ ਜੀ। ਆਪਾਂ ਅਗਲਾ ਸਵਾਲ ਨੈਕਸਟ ਵੀਡੀਓ ਲੈਕਚਰ ਦੇਖਦੇ ਹਾਂ। ਇਹ ਵੀਡੀਓ ਲੈਕਚਰ ਦੇਖਣ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ।